ਅਗਲੇ ਮਹੀਨੇ ਸਿੱਧੂ ਦੇ ਮਾਤਾ ਜੀ ਇੱਕ ਹੋਰ ਬੱਚੇ ਨੂੰ ਜਨਮ ਦੇਣ ਜਾ ਰਹੇ ਨੇ ਸਿੱਧੂ ਦੀ ਮਾਂ ਚਰਨਕੌਰ ਪ੍ਰੈਗਨੈਂਟ ਹੈ ਇਹ ਨਿਊਜ਼ ਬਹੁਤ ਵਾਇਰਲ ਹੋ ਰਹੀ ਕਿ ਸਿੱਧੂ ਉਸੇ ਮੇ ਪਾਈ ਦੀ ਮਦਰ ਜੀ ਜੋ ਕਿ ਪ੍ਰੈਗਨੈਂਟ ਸਿੱਧੂ ਮੂਸੇਵਾਲਾ ਨੇ ਅਖੀਰ ਲੈ ਹੀ ਲਿਆ ਦੂਜਾ ਜਨਮ ਗਾਈਜ਼ੀ ਕ खबर ਸੋਸ਼ਲ ਮੀਡੀਆ ਤੇ ਬੜੀ ਤੇਜ਼ੀ ਨਾਲ ਫੈਲ ਰਹੀ ਹੈ ਕਿ ਸਿੱਧੂ ਬਾਈ ਦੇ ਪੇਰੈਂਟਸ ਇੱਕ ਨਵੇਂ ਬੱਚੇ ਨੂੰ ਜਨਮ ਦੇਣ ਵਾਲੇ ਨੇ ਜੋ ਕਿ ਸ਼ਾਇਦ ਸਨੋਂ ਮਾਰਚ ਦੇ ਮਹੀਨੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਜਿਸ ਦੀ ਕਨਫਰਮੇਸ਼ਨ ਸਿੱਧੂ ਬਾਈ ਦੇ ਚਾਚਾ ਜੀ ਚਮਕੌਰ ਸਿੰਘ ਸਿੱਧੂ ਨੇ ਕੀਤੀ ਹੈ ਪਰ ਯਾਰ ਇਸ ਖਬਰ ਚ ਕਿੰਨੀ ਕਿ ਸੱਚਾਈ ਹੈ ਮੇਰੇ ਹਿਸਾਬ ਨਾਲ ਜੇਕਰ ਇਹ ਗੱਲ ਸੱਚ ਹੁੰਦੀ ਤਾਂ ਇਸ ਖਬਰ ਦੀ ਕਨਫਰਮੇਸ਼ਨ ਆਫੀਸ਼ੀਅਲੀ ਸਿੱਧੂ ਬਾਈ ਦੇ ਪੇਰੈਂਟਸ ਵੱਲੋਂ ਆਪ ਹੀ ਕਰ ਦਿੱਤੀ ਜਾਣੀ ਸੀ ਪਰ ਹਲੇ ਤੱਕ ਤਾਂ ਸਾਨੂੰ ਅਜਾ ਕੁਝ ਨਹੀਂ ਦੇਖਣ ਨੂੰ ਮਿਲਿਆ ਤੇ ਯਾਰ ਜੇਕਰ ਇਹ ਗੱਲ ਸੱਚ ਵੀ ਸਕੇਗਾ ਪਰ ਬਈ ਮਾਪਿਆਂ ਲਈ ਸਹਾਰਾ ਜ਼ਰੂਰ ਬਣ ਜਾਵੇਗਾ ਉਸ ਦੇ ਨਾਲ ਹੀ ਇਸ ਖਬਰ ਤੋਂ ਬਾਅਦ ਸਿੱਧੂ ਬਾਈ ਦੇ ਫੈਨਸ ਤੇ ਮੈਨੂੰ ਵੀ ਇਸ ਖਬਰ ਦੀ ਖੁਸ਼ੀ ਤਾਂ ਹੈ ਪਰ ਇਹ ਸੱਚ ਹੋਣੀ ਚਾਹੀਦੀ ਹੈ ਜਿਸ ਦੀ ਅਰ ਕਨਫਰਮੇਸ਼ਨ ਲਈ ਆਪਾਂ ਸਾਰਿਆਂ ਨੂੰ ਥੋੜਾ ਵੇਟ ਕਰਨਾ ਪਵੇਗਾ ਐਂਡ ਗਾਇਸ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਸ ਵੀਡੀਓ ਨੂੰ ਲਾਈਕ ਕਰਕੇ ਕਮੈਂਟਸ ਜ਼ਰੂਰ ਦੱਸਣਾ ਮਿਲਦੇ ਆ ਨੈਕਸਟ ਵੀਡੀਓਜ਼ ਥੈਂਕਸ ਫॉर ਵਾਚਿੰਗ ਬਾਏ